de cavalo sal, de pipa bem. Aaj assim, Bhai Charanjit Singh ji, até Baba Swarjit Singh ji, Das, Jathe Samet, Bhai Ranveer Singh ji, Sabka Sakatar, Shromani Gurudwara Prabandhak Committee, até All India Prajapat Dal de Pradhan, ਉਹਨਾਂ ਨੂੰ ਮਿਲਣ ਵਾਸਤੇ ਆਏ ਆ ਤਾਂ ਕਿ 23 ਦਾ ਜਿਹੜਾ ਬਹੁਤ ਵੱਡਾ ਕਾਫਲਾ ਕਿਸਾਨਾਂ ਦੇ ਹੱਕ ਵਿੱਚ ਸਿੰਘੂ ਬਾਰਡਰ ਜਾ ਰਿਹਾ ਹੈ ਉਹਦੇ ਵਾਸਤੇ ਇਹਨਾਂ ਦਾ ਵੀ ਸਹਿਯੋਗ ਲਿਆ ਜਾਵੇ ਇਹ ਆਪਣੇ ਵਿਚਾਰ ਆਪ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੀ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਸਮੀਤ ਸਿੰਘ ਜੀ ਰੋਡੇ ਵਾਲਿਆਂ ਔਰ ਹੋਰ ਸਿੰਘਾਂ ਨੇ ਅੱਜ ਇਸ ਗੱਲ ਦਾ ਆਣ ਕੇ ਸੁਚੇਤ ਕੀਤਾ ਕਿ 23 ਤਰੀਕ ਨੂੰ ਸੰਯੁਕਤ ਮੋਰਚੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ ਵੱਡਾ ਇਕੱਠ ਜੋ ਸਿੰਘੂ ਬਾਰਡਰ ਉੱਤੇ ਰੱਖਿਆ ਗਿਆ ਹੈ ਉਸ ਦੇ ਵਿੱਚ ਯੋਗਦਾਨ ਪਾਉਣ ਲਈ 23 ਤਰੀਕ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਿਲ ਹੋ ਰਹੀਆਂ ਨੇ ਸਾਡਾ ਤਾਂ ਪਹਿਲਾਂ ਹੀ ਪ੍ਰੋਗਰਾਮ ਸੀ ਮੈਂ ਅੱਜ ਸਮੁੱਚੇ ਤੌਰ 'ਤੇ ਪ੍ਰਜਾਪਤ ਸਮਾਜ ਨੂੰ ਸਮੁੱਚੇ ਤੌਰ 'ਤੇ ਪੰਜਾਬ ਦੇ ਸਮੁੱਚੇ ਪ੍ਰਜਾਪਤ ਸਮਾਜ ਨੂੰ ਅਤੇ ਖਾਸ ਕਰਕੇ ਬੈਕਵਰਡ ਕਲਾਸਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਅਸੀਂ ਪਹਿਲਾਂ ਹੀ ਕਿਸਾਨ ਮੋਰਚੇ ਦਾ ਸਾਥ ਦੇ ਰਹੇ ਹਾਂ ਉੱਥੇ 23 ਤਰੀਕ ਨੂੰ ਵੱਧ ਚੜ੍ਹ ਕੇ ਪੰਜਾਬ ਦੇ ਵਿੱਚ ਭਾਈ ਸਾਹਿਬ ਭਾਈ ਜਸਵੀਰ ਸਿੰਘ ਅਤੇ ਆਏ ਸਿੰਘਾਂ ਦਾ ਮਾਣ ਰੱਖਦੇ ਹੋਏ 23 ਤਰੀਕ ਨੂੰ ਇੱਕ ਬਹੁਤ ਵੱਡੇ ਜਥੇ ਦੀ ਵਿੱਚ ਬੈਕਵਰਡ ਕਲਾਸ ਵੀ ਸ਼ਮੂਲੀਅਤ ਕਰੇ ਔਰ ਪ੍ਰਜਾਪਤ ਸਮਾਜ ਜਿਹੜਾ ਹੈ ਉਸ ਦੀ ਅਗਵਾਈ ਕਰੇਗਾ ਉਹ ਨਾਲ ਲੈ ਕੇ ਸਾਰਿਆਂ ਨੂੰ ਚੱਲੇਗਾ ਪੰਜਾਬ ਦੇ ਵੱਖ ਵੱਖ ਜਥੇਬੰਦੀਆਂ ਵਿੱਚੋਂ ਪੰਜਾਬ ਦੇ ਸਾਰੇ ਯੂਨਿਟਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ 23 ਤਰੀਕ ਨੂੰ ਸਵੇਰੇ ਸੁਖਤ ਆਪੋ ਆਪਣੀਆਂ ਗੱਡੀਆਂ ਵਿੱਚ ਝੰਡੇ ਲਾ ਕੇ ਸਿੰਘੂ ਬਾਰਡਰ ਲਈ ਜਾਣ ਲਈ ਤਿਆਰ ਬਰ ਤਿਆਰ ਹੋ ਕੇ ਪਹੁੰਚਣ ਰਾਜਪੁਰੇ ਵਿੱਚ 12 ਵਜੇ 'ਤੇ ਤਕਰੀਬਨ ਸਾਰੇ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਉੱਥੋਂ ਫਿਰ ਇੱਕ ਵੱਡੇ ਕਾਫਲੇ ਦੇ ਤੌਰ 'ਤੇ ਉੱਥੇ ਲੰਗਰ ਛੱਕ ਕੇ ਬਹੁਤ ਵੱਡੇ ਕਾਫਲੇ ਦੇ ਵਿੱਚ ਸਿੰਘੂ ਬਾਰਡਰ ਨੂੰ ਰਵਾਨਾ ਹੋਵੇਗਾ ਪੂਰਾ ਜਥਾ ਔਰ ਬੈਕਵਰਡ ਕਲਾਸਾਂ ਸਾਰੀਆਂ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ